ਕਰਨੀ ਚਾਹੀਦੀ। ਜੋ ਵੀ ਗੁਰੂ ਸਾਹਿਬ ਗੱਲ ਕਰਦੇ ਆ, ਬਦਲ ਕਰਦੇ ਆ, ਸਾਂਝੀ ਬਾਲਤਾ ਦੀ ਗੱਲ ਕਰਦੇ, ਸਭ ਤੋਂ ਸਾਂਝੀ ਬਾਲਤ ਬਾਰੇ ਕੋਈ ਨਾ ਦੱਸਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਆ ਕਿ ਭਾਈ ਸਰਬ ਧਰਮ ਦਾ ਸ੍ਰੇਸ਼ਟ ਧਰਮ, ਕਿਸੇ ਨੂੰ ਨਾ ਮਾੜਾ ਨਾ ਚੰਗਾ, ਨਾ ਆਪਣੇ ਧਰਮ ਦੀ ਕੋਈ ਬੁਰਾਈ ਕੀਤੀ। ਬਿਲਕੁਲ ਅਖੀਰਲਾ ਬਦਲ ਕਰਦਾ, ਸਰਬ ਧਰਮ ਦਾ ਸ੍ਰੇਸ਼ਟ ਧਰਮ, ਕਹਿੰਦੇ ਸਾਰੇ ਧਰਮਾਂ ਦਾ ਸ੍ਰੇਸ਼ਟ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ, ਕਹਿੰਦੇ ਹਰੀ ਦਾ ਨਾਮ ਲੋਕ, ਕਿਸੇ ਨੂੰ ਨਾ ਮਾੜਾ ਨਾ ਚੰਗਾ, ਨਾ ਆਪਣੇ ਧਰਮ ਦੀ ਕੋਈ ਬੁਰਾਈ ਕੀਤੀ। ਸਚਿਆਈ ਦੀ ਗੱਲ, ਕਹਿੰਦੇ ਹਰੀ ਦਾ ਨਾਮ, ਹਰ ਕੋ ਨਾਮ ਜਪ ਨਿਰਮਲ ਨਿਰਮਲ ਕੰਮ ਕਰ। ਸਤਿਗੁਰੂ ਜੀ ਕਹੇ ਭਾਈ ਰਹਿਣ ਦੇ ਪੂਰੇ ਕਾ ਨਿਰਮਲ ਮੰਤਰ, ਪੂਰੇ ਗੁਰੂ ਦਾ ਜਿਹੜਾ ਮੰਤਰ ਹੈ ਉਹ ਬੜਾ। ਜੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਕਿਨਾਰੇ ਪਹੁੰਚੇ ਆਪਾਂ ਕੀਰਤਨ ਕਰ ਰਹੇ ਕਈ ਮਾਇਕ ਭਾਈਆਂ ਨੂੰ ਸ਼ਬਦ ਬਾਹਰ ਆਉਂਦਾ ਉਹ ਨਾਲ ਹੀ ਬੋਲਦੇ ਹਨ, ਕੀਰਤਨ ਕਰ ਵੀ ਰਹੇ ਅਤੇ ਆਪਾਂ ਸਮਝ ਰਹੇ। ਕੀਰਤਨ ਬਹੁਤ ਮਹਾਨ ਹੈ, ਭਗਵਾਨ ਮੇਰੇ ਭਜਨ ਕਰ